ਹਾਂਜੀ ਡੀਅਰ ਸਟੂਡੈਂਟਸ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਅੱਜ ਦੇ ਵੀਡੀਓ ਲੈਸਨ ਦੇ ਵਿੱਚ ਮੈਂ ਹਾਜ਼ਰ ਹਾਂ ਇੱਕ ਨਵਾਂ ਵੀਡੀਓ ਲੈਸਨ ਲੈ ਕੇ ਤੁਹਾਡੇ ਲਈ ਤੇ ਇਹ ਵਾਲਾ ਜਿਹੜਾ ਵੀਡੀਓ ਲੈਸਨ ਜਾਂ ਵੀਡੀਓ ਆ ਇਹ ਹੈਗੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਕਲਾਸ 6ਵੀਂ ਦੇ ਵਿਦਿਆਰਥੀਆਂ ਲਈ ਬਟਾ ਜਿਦੇ ਵਿੱਚ ਮੈਂ 8ਵਾਂ ਲੈਸਨ ਜਿਹੜਾ ਆਮ ਰਾਈਟਿੰਗ ਅ ਲੈਟਰ ਜੋ ਕਿ ਕਪੋਈ ਮੈਂ ਉਹਦੀ ਐਕਟੀਵਿਟੀ ਨੰਬਰ 11 ਔਰ 12 ਕਰਵਾਉਣ ਜਾ ਰਹੀ ਹਾਂ ਇਹ ਦੋਨੋਂ ਐਕਟੀਵਿਟੀਆਂ ਲਰਨਿੰਗ ਟੂ ਕੰਪਰੀਹੈਂਡ ਔਰ ਲਰਨਿੰਗ ਟੂ ਸਪੀਕ ਦੇ ਅੰਡਰ ਆਉਂਦੀਆਂ ਨੇ ਉਸ ਤੋਂ ਪਹਿਲਾਂ ਆਪਾਂ ਸਾਰੀਆਂ ਜਿਹੜੀਆਂ ਬਾਕੀ ਐਕਟੀਵਿਟੀਆਂ ਕਰ ਚੁੱਕੇ ਆ ਲਾਈਨ ਵਾਈ ਚੱਲ ਰਹੇ ਹਾਂ ਅਗਰ ਤੁਸੀਂ ਫਿਲਹਾਲ ਉਹ ਨਹੀਂ ਕੀਤੀਆਂ ਤਾਂ ਪਹਿਲਾਂ ਉਹ ਵਾਲੀਆਂ ਐਕਟੀਵਿਟੀਆਂ ਬੇਟਾ ਜ਼ਰੂਰ ਕਰ ਲਓ ਠੀਕ ਹੈ ਹੁਣ ਆਪਾਂ ਕਰਦੇ ਹਾਂ ਸ਼ੁਰੂ ਇਹ ਐਕਟੀਵਿਟੀਆਂ ਸੁਬਕ ਲਾ ਲਓ ਪੈਨ ਪੈਂਸਲ ਲਾ ਲਓ ਨਾਲ ਦੀ ਨਾਲ ਕਰੋ ਨੋਟ ਡਾਊਨ ਫਰਸਟ ਜਿਹੜੀ ਐਕਟੀਵਿਟੀ ਹੈ ਐਕਟੀਵਿਟੀ ਨੰਬਰ 11 ਦੇਖੋ ਕੀ ਕਹਿ ਰਹੇ ਨੇ ਦਾ ਪੋਇਮ ਇਜ਼ ਅਬਾਊਟ ਰਾਈਟਿੰਗ ਅ ਲੈਟਰ ਜਿਹੜੀ ਸਾਡੀ ਪੋਇਮ ਆ ਇਹ ਪੱਤਰ ਲਿਖਣ ਦੇ ਬਾਰੇ ਵਿੱਚ ਹੈ রাইਟ ਦ ਸਟੈਪਸ ਆਫ ਰਾਈਟਿੰਗ ਅ ਲੈਟਰ ਮੈਂਸ਼ਨਡ ਇਨ ਦ ਪੋਇਮ ਕਿਨੇ ਪੱਤਰ ਲਿਖਣ ਦੇ ਕਿਹੜੇ-ਕਿਹੜੇ ਸਟੈਪ ਨੇ ਪਹਿਲਾਂ ਅਸੀਂ ਕੀ ਚੀਜ਼ ਲਿਖਦੇ ਹਾਂ ਉਸ ਤੋਂ ਬਾਅਦ ਕੀ ਲਿਖਦੇ ਹਾਂ ਹਨ ਉਹ ਸਟੈਪ ਨੇ ਜਿਹੜੇ ਇਸ ਪੋਇਮ ਦੇ ਵਿੱਚ ਮੈਂਸ਼ਨ ਕੀਤੇ ਗਏ ਨੇ ਉਹਨਾਂ ਨੂੰ ਤੁਸੀਂ ਇੱਥੇ ਨੋਟ ਡਾਊਨ ਕਰਨਾਗਾ ਜਿਹੜੀ ਤੁਹਾਨੂੰ ਸਪੇਸ ਆ ਬਾਕਸ ਮਾਰ ਕੇ ਦਿੱਤੀ ਹੋਈ ਹੈ ਹਨ 1 ਇਸ ਡਨ ਫਾਰ ਯੂ ਇੱਕ ਤੁਹਾਡੇ ਲਈ ਕੀਤਾ ਗਿਆ ਹੈ ਰਾਈਟਿੰਗ ਦ ਡੇਟ ਕਲੀਅਰਲੀ ਤਰੀਕਾ ਜਿਹੜੀ ਸਾਫ਼-ਸਾਫ਼ ਲਿਖਣੀ ਚਾਹੀਦੀ ਹੈ। ਲੋ ਜੀ ਹੁਣ ਆਪਾਂ ਇਸੇ ਬਾਕਸ ਦੇ ਵਿੱਚ ਤੁਸੀਂ ਬੇਟਾ ਨੋਟ ਡਾਊਨ ਕਰ ਲੈਣੇ ਨੇ ਅਗਲੇ ਸਟੈਪਸ ਕਿਹੜੇ ਦਿੱਤੇ ਹੋਏ ਨੇ। ਫਸਟ ਸੀ ਰਾਈਟਿੰਗ ਦਾ ਡੇਟ ਕਲੀਅਰਲੀ। ਸੈਕੰਡ ਕੀ ਆ? ਰਾਈਟਿੰਗ ਦਾ ਰਾਈਟ ਐਡਰੈਸ। ਸਹੀ ਪਤਾ ਲਿਖਣਾ। ਫਿਰ ਨੈਕਸਟ ਕੀ ਆ ਗਿਆ? ਸੈਲੂਟੇਸ਼ਨ ਮੀਨਸ ਗ੍ਰੀਟਿੰਗ ਜਾਂ ਕਿਸੇ ਨੂੰ ਐਡਰੈਸ ਕਰਨਾ ਜਾਂ ਕਿਸਦਾ ਵੈਲਕਮ ਕਰਨਾ ਇਹਦਾ ਮਤਲਬ ਹੁੰਦਾ ਹੈ ਨਾ। ਜਿੱਦਾਂ ਆਪਾਂ ਲਿਖਦੇ ਹਾਂ ਡੀਅਰੈਸਟ ਮੰਮੀ। ਉੱਥੇ ਉਹ ਬੱਚਾ ਜਿਹੜਾ ਪੋਇਮ ਦੇ ਵਿੱਚ ਲੈਟਰ ਲਿਖ ਰਿਹਾ ਉਹ ਕਿਹਨੂੰ ਲਿਖ ਰਿਹਾ ਆ ਉਹਦੀ ਮੰਮੀ ਨੂੰ ਲਿਖ ਰਿਹਾ ਇਸ ਲਈ ਉਹਨੇ ਉੱਥੇ ਬਰਡ ਯੂਜ਼ ਕੀਤਾ ਡੀਅਰੈਸਟ ਮੰਮੀ ਹਾਂਜੀ ਫਿਰ ਉਸ ਤੋਂ ਬਾਅਦ ਜਦੋਂ ਆਪਾਂ ਐਡਰੈਸ ਕਰਤਾ ਉਸ ਤੋਂ ਬਾਅਦ ਕੀ ਲਿਖਦੇ ਹੁੰਦੇ ਆ ਆਪਾਂ ਕੰਟੈਂਟ ਲਿਖਦੇ ਆ ਕਾਦੇ ਬਾਰੇ ਅਸੀਂ ਪੱਤਰ ਲਿਖ ਰਹੇ ਆ ਜਿਹਨੂੰ ਅਸੀਂ ਬੋਡੀ ਆਫ ਦਾ ਲੈਟਰ ਵੀ ਕਹਿ ਦਿੰਦੇ ਆ ਠੀਕ ਉਹਦੇ ਵਿੱਚ ਸਾਰੀ ਗੱਲਬਾਤ ਲਿਖੀ ਜਾਉ ਪਰੇ ਦੇ ਵਿੱਚ ਫਿਰ ਕੀ ਆ ਜਾਂਦੀ ਆ ਕਲੋਜ਼ਿੰਗ ਸਮਾਪਤੀ ਕਰਦੇ ਆ ਠੀਕ ਆ ਉਸ ਤੋਂ ਬਾਅਦ ਸਿਗਨੇਚਰ ਥੱਲੇ ਆਪਦਾ ਨਾਮ ਲਿਖਦੇ ਆ ਜਿਹੜਾ ਬੰਦਾ ਪੱਤਰ ਲਿਖ ਰਿਹਾ ਇਹ ਸਟੈਪਸ ਨੇ ਜਿਹੜੇ ਪੁਆਇੰਟ ਦੇ ਵਿੱਚ ਮੈਂਸ਼ਨ ਕੀਤੇ ਗਏ ਨੇ ਉਹ ਮੈਂ ਇੱਥੇ ਲਿਖ ਦਿੱਤੇ ਨੇ ਤੁਸੀਂ ਵੀ ਬਾਕਸ ਦੇ ਵਿੱਚ ਇਸੇ ਤਰੀਕੇ ਨਾਲ ਸੋਹਣੀ-ਸੋਹਣੀ ਹੈਂਡਰਾਈਟਿੰਗ ਦੇ ਵਿੱਚ ਨੋਟ ਡਾਊਨ ਕਰ ਲਓ ਬੇਟਾ ਸੋ ਇਹ ਹੋ ਗਈ ਐਕਟੀਵਿਟੀ ਨੰਬਰ 11 ਤੁਹਾਡੀ ਹੁਣ ਨੈਕਸਟ ਐਕਟੀਵਿਟੀ ਕਾਦੇ ਅੰਦਰ ਆ ਰਹੀ ਆ ਲਰਨਿੰਗ ਟੂ ਸਪੀਕ ਐਕਟੀਵਿਟੀ ਨੰਬਰ 12 ਪ੍ਰੈਕਟਿਸ ਸਪੀਕਿੰਗ ਦ ਫਾਲੋਇੰਗ ਵਰਡਸ ਵਿਦ ਯੂਰ ਟੀਚਰ ਸਾਨੂੰ ਕੁਝ ਸ਼ਬਦ ਦਿੱਤੇ ਗਏ ਨੇ ਜਿਨ੍ਹਾਂ ਨੂੰ ਤੁਸੀਂ ਆਪਣੇ ਟੀਚਰ ਦੇ ਨਾਲ ਨਾਲ ਬੋਲਣ ਦੀ ਪ੍ਰੈਕਟਿਸ ਕਰਨੀ ਆ। ਖਾਸ ਕਰਕੇ ਯਾ ਸਟ੍ਰੈਸ ਦਾ ਲੈਟਰਸ ਇਨ ਕੈਪੀਟਲ ਮੋਰ ਦੈਨ ਅਦਰ ਇਨ ਈਚ ਵਰਡ। ਜਿਹੜੇ ਲੈਟਰ ਨੇ ਜਿਹੜੇ ਇਹਦੇ ਵਿੱਚ ਵਰਡ ਦੇ ਵਿੱਚ ਕੁਝ ਲੈਟਰ ਸਾਨੂੰ ਕੈਪੀਟਲ ਲਿਖੇ ਹੋਏ ਨੇ ਤੇ ਕੁਝ ਸਮਾਲ ਲੈਟਰਸ ਲਿਖੇ ਹੋਏ ਨੇ। ਜਿਹੜੇ ਕੈਪੀਟਲ ਲੈਟਰ ਨੇ ਉਹਨਾਂ ਤੇ ਤੁਸੀਂ ਜ਼ਿਆਦਾ ਸਟ੍ਰੈਸ ਦੇਣਾ ਬੋਲਣ ਲੱਗੇ ਦੂਜੇ ਲੈਟਰਸ ਦੀ ਬਿਜਾਏ। ਠੀਕ ਹੈ ਜਿੱਦਾਂ ਹੁਣ ਪਹਿਲਾ ਦੇਖੋ ਵਰਡ ਕੀ ਦਿੱਤਾ ਹੋਇਆ ਹੈ ਹੈਨਾ ਐਲੀ ਆ ਜਿਹੜੀ ਕੈਪੀਟਲ ਪਈ ਵੀ ਹੈ ਮਗਰਲੇ ਬਾਕੀ ਸਾਰੇ ਅੱਖਰ ਕੀ ਨੇ ਸਮਾਲ ਨੇ ਉਹਨਾਂ ਨੇ ਬਰੈਕਟ ਚ ਲਿਖਿਆ ਆਰ ਇਜ਼ ਸਾਈਲੈਂਟ ਮੀਨਸ ਆਰ ਦੀ ਸਾਊਂਡ ਨਹੀਂ ਆਊਗੀ ਬਟ ਆਰ ਲਿਖੀ ਜਾਂਦੀ ਹੈ ਇੱਥੇ ਫਿਰ ਹੁਣ ਕਿੱਦਾਂ ਨੂੰ ਸਟ्रेस ਦੇ ਕੇ ਬੋਲੋਗੇ ਤੁਸੀਂ ਲੈ ਥਰ ਲੈ ਟੂ ਲੈਟਰ ਮੀਨਸ ਕੀ ਹੁੰਦਾ ਪੱਤਰ ਓਕੇ ਨੈਕਸਟ ਵਰਡ ਕੀ ਆ ਪੀਓ ਕੈਪੀਟਲ ਲਿਖਿਆ ਹੋਇਆ ਦਾ ਮਤਲਬ ਹੈ ਸੀ ਨੂੰ ਸਟ੍ਰੈਸ ਦੇ ਕੇ ਬੋਲਣਾ ਪੋਸਟ 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 ਠੀਕ ਹੈ ਇਸੇ ਤਰੀਕੇ ਨਾਲ ਪੋਸਟ ਦਾ ਕੀ ਮਤਲਬ ਹੁੰਦਾ ਚਿੱਠੀਆਂ ਦਾ ਬੰਡਲ ਜਾਂ ਆਪਾਂ ਕਹਿ ਸਕਦੇ ਹਾਂ ਜਿਹੜੀ ਚਿੱਠੀਆਂ ਜਾਂ ਪਾਰਸਲ ਆਪਾਂ ਡਾਕ ਰਾਹੀਂ ਭੇਜਦੇ ਆ ਉਹਨੂੰ ਪੋਸਟ ਕਹਿੰਦੇ ਆ ਜਿਹਨੂੰ ਆਪਾਂ ਹੋਰ ਕੋਈ ਵਰਡ ਯੂਜ਼ ਕਰਨਾ ਬਿਤਾ ਆਪਾਂ ਡਾਕ ਵਿਵਸਥਾ ਵੀ ਕਹਿ ਸਕਦੇ ਆ ਜਿਹਦੇ ਨਾਲ ਹੀ ਅਸੀਂ ਚਿੱਠੀਆਂ ਪੱਤਰ ਭੇਜਦੇ ਆ ਨੈਕਸਟ ਵਰਡ ਆ ਮੋਸਟ 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 ਠੀਕ ਹੈ ਮੋਸਟ ਮੀਨਸ ਹੁੰਦਾ ਇੱਕ ਡਿਟਰਮੀਨਰ ਆ ਮੋਰ ਦੀ ਸੁਪਰਲੇਟਿਵ ਡਿਗਰੀ ਆ ਤੀਜੀ ਜਿਹਦਾ ਮਤਲਬ ਹੁੰਦਾ ਲਗਭਗ ਸਾਰੇ ਇਹ ਮੀਨਿੰਗ ਮੈਂ ਤੁਹਾਨੂੰ ਤਾਂ ਸਮਝਾ ਰਹੀਆਂ ਨਾਲ ਹੁੰਦੇ ਤੁਹਾਨੂੰ ਇਹ ਵੀ ਪਤਾ ਲੱਗ ਜੀ ਵੀ ਕਿ ਇਹਦਾ ਮਤਲਬ ਕੀ ਹੈ ਹਨਾ ਪਰ ਬੋਲਣ ਦੀ ਸਿਰਫ ਅਸੀਂ ਇੱਥੇ ਪ੍ਰੈਕਟਿਸ ਬੋਲਣ ਦੀ ਕਰਨੀ ਆ ਬੇਟਾ ਨੈਕਸਟ ਵਰਡ ਆ ਪ ਸਨ ਫਸਨ ਆ ਰ ਇੱਥੇ ਵੀ ਸਾਇਲੈਂਟ ਰਹਿਣੀ ਹੈ ਥ ਸਨ ਠੀਕ ਹੈ ਐਡ ਅਰੈਸ ਐਡ ਅਰੈਸ ਪਰਸਨ ਕੀ ਹੁੰਦਾ ਆਦਮੀ ਐਡਰੈਸ ਮੀਨਸ ਪਤਾ ਨੈਕਸਟ ਕੀ ਆ ਦੇਖੋ ਇਹਦਾ ਪਹਿਲਾ ਜਿਹੜੀ ਸਲੇਵੀ ਆ ਉਹ ਕੀ ਆ ਸਮਾਲ ਆ ਬੀ ਬੀ ਗੈਨ ਬੀ ਗੈਨ ਬੀ ਗੈਨ ਮੀਨ ਸ਼ੁਰੂ ਕਰਨਾ ਕੋਈ ਚਿਤ ਨੈਕਸਟ ਕੀ ਆ ਟਰੈਵਲਸ ਟਰੈਵਲਸ ਮੀਨਸ ਯਾਤਰਾ ਕਰਨਾ ਫਿਰ ਨੈਕਸਟ ਵਰਡ ਕੀ ਆ ਗਿਆ ਦੇਖੋ ਐਂਕਸੀਅਸ ਐਂਕ ਐਂਗਸੀਅਸ ਐਂਗਸੀਅਸ ਮੀਨਸ ਚਿੰਤਾ ਗ੍ਰਸਤ ਜਾਂ ਚਿੰਤਾ ਨਾਲ ਘਿਰਿਆ ਹੋਇਆ ਚਿੰਤਤ ਡਰਿਆ ਹੋਇਆ ਠੀਕ ਹੈ ਆਪਾਂ ਅੱਗੇ ਪਹਿਲਾਂ ਕਰ ਚੁੱਕੇ ਹਾਂ ਨੈਕਸਟ ਵਰਡ ਆ ਐਨ ਵੈਲਪ ਐਨ ਵੈਲਪ ਐਨ ਵੈਲਪ ਮੀਨਸ ਲਿਫਾਫਾ ਸੋ ਇਹ ਸੀਗੇ ਐਕਟੀਵਿਟੀ 12 ਦੇ ਅੰਡਰ ਕੁਝ ਵਰਡਸ ਜਿਹੜੇ ਸਾਨੂੰ ਪ੍ਰੈਕਟਿਸ ਕਰਨ ਲਈ ਕਹਿ ਗਏ ਨੇ ਠੀਕ ਹੈ ਸੋ ਤੁਸੀਂ ਇਹਨਾਂ ਦੀ ਇਸ ਤਰੀਕੇ ਨਾਲ ਬਾਰ-ਬਾਰ ਬੋਲ ਕੇ ਪ੍ਰੈਕਟਿਸ ਕਰੋ ਜਿਹੜੇ ਕੈਪੀਟਲ ਲੈਟਰ ਨੇ ਉਹਨਾਂ ਨੂੰ ਸਟ੍ਰੈਸ ਆਊਟ ਕਰਨਾ ਉਹਨਾਂ ਤੇ ਜ਼ਿਆਦਾ ਸਟ੍ਰੈਸ ਦੇਣਾ ਦੂਜੇ ਨਾਰਮਲ ਹੌਲੀਕ ਦੇਣੇ ਬੋਲਣੇ ਨੇ ਬੇਟਾ ਠੀਕ ਹੈ ਸੋ ਥੈਂਕਸ ਫॉर ਵਾਚਿੰਗ ਇੱਥੇ ਮੈਂ ਤੁਹਾਨੂੰ ਦੋ ਵੀਡੀਓਜ਼ ਹੋਰ ਦੇ ਰਹੀਆਂ ਏਸੇ ਲੈਸਨ ਨਾਲ ਰਿਲੇਟਡ ਹੋਰ ਐਕਟੀਵਿਟੀਜ਼ ਦੀਆਂ ਉਹ ਵੀ ਤੁਸੀਂ ਜ਼ਰੂਰ ਦੇਖ ਕੇ ਨੋਟ ਡਾਊਨ ਕਰ ਲੈਣੀਆਂ ਨੇ ਚੈਨਲ ਦੇ ਨਾਲ ਬਨੇ ਰਹਿਣਾ ਨੈਕਸਟ ਐਕਟੀਵਿਟੀਜ਼ ਲਈ ਅਗਲੀ ਵੀਡੀਓ ਦੇ ਵਿੱਚ ਆਪਾਂ ਅਗਲੀ ਐਕਟੀਵਿਟੀਜ਼ ਕਰਾਂਗੇ ਬਾਏ ਬਾਏ